ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਵੀ ਜਰੂਰੀ ਨੀ ਹੁੰਦਾ ਵੀ ਸ਼ੇਰਾਂ ਦੇ ਘਰ ਸ਼ੇਰ ਹੀ ਪੈਦਾ ਹੋਣ, ਤੇ ਜਰੂਰੀ ਵੀ ਗਿੱਦੜਾਂ ਦੇ ਵਿੱਚ ਸ਼ੇਰ ਨੀ ਹੋ ਸਕਦਾ ਕੋਈ, ਉਹਦੇ ਵਿੱਚ ਵੀ ਕੋਈ ਨਾ ਕੋਈ ਕਲਾ ਵਰਤ ਸਕਦੀ ਹੈ, ਕਰਤੇ ਦੀ ਕੁਦਰਤ ਤਾਂ ਕੁਝ ਵੀ ਹੋ ਸਕਦਾ। ਤੇ ਜਿਨ੍ਹਾਂ ਤੇ ਆਪਾਂ ਬਹੁਤਾ ਵਿਸ਼ਵਾਸ ਕਰੀਏ ਨਾ, ਉਹ ਕਈ ਵਾਰ ਬੰਦੇ ਕੁਝ ਵੀ ਨੀ ਕਰਦੇ, ਤੇ ਜਿਨ੍ਹਾਂ ਤੇ ਆਪਾਂ ਨੂੰ ਵਿਸ਼ਵਾਸ ਨੀ ਹੁੰਦਾ ਉਹ ਬਹੁਤ ਕੁਝ ਕਰ ਜਾਂਦੇ ਆ। ਤੇ ਇੱਕ ਤੁਹਾਨੂੰ ਮੈਂ ਬੇਨਤੀ ਕਰ ਦਿੰਦਾ, ਹੋ ਸਕਦਾ ਤੁਹਾਨੂੰ ਨਾ ਚੰਗਾ ਲੱਗੇ, ਉਹਦੇ ਵਾਸਤੇ ਮੈਂ ਖਿਮਾ ਚਾਹੁੰਦਾ। ਜਿਹੜੇ ਬੰਦੇ ਸਰਕਾਰ ਲੱਤ ਥਰੋਂ ਇਹ ਗੱਲ ਨਹੀਂ ਕਰਦੇ ਵੀ ਆਪਾਂ ਖਾਲਿਸਤਾਨ ਦੇ ਹੱਕ ਚ ਨਹੀਂ ਆ, ਜਿਹੜਾ ਬੰਦਾ ਲੱਤ ਥਲਿਓ ਲੰਘ ਜਾਂਦਾ ਉਹ ਕਹਿੰਦਾ ਮੈਂ ਹੱਕ ਚ ਨਹੀਂ ਆ, ਤੇ ਜਿਹੜਾ ਬੰਦਾ ਲੱਤ ਥਲਿਓ ਨਹੀਂ ਲੰਘਦਾ ਉਹ ਆਪਣੇ ਘਰ ਦੀ ਮੰਗ ਕਰਦਾ। ਉਹਨਾਂ ਵਿੱਚ ਹੋ ਸਕਦਾ ਮੈਂ ਵੀ ਹੋਵਾਂ ਵੀ ਮੇਰੇ ਵਿਚਾਰ ਨਹੀਂ ਰਲਦੇ ਹੋਣਗੇ, ਨਿਹੰਗ ਸਿੰਘ ਖਾਲਿਸਤਾਨ ਨੂੰ ਮੰਨਦੇ ਨਹੀਂ ਆ ਕਿਉਂਕਿ ਉਹ ਕਹਿੰਦੇ ਉਹਦੇ ਅਸਲੋ ਰਾਜ ਵੀ ਦੁਨੀਆਂ ਦਾ ਰਾਜ ਸਾਡੇ ਬਾਪੂ ਨੇ ਸਾਡੀ ਝੋਲੀ ਚ ਪਾਇਆ, ਹਨਾ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ ਤੇ ਦੁਨੀਆਂ ਤੇ ਰਾਜ ਕਰਾਂਗੇ, ਸਮੇਂ ਮਾੜੇ ਚੰਗੇ ਆਉਂਦੇ ਰਹੇ ਆ ਤੇ ਖਾਲਸੇ ਪੰਥ ਨੇ ਮਾੜਾ ਚੰਗਾ ਸਮਾਂ ਹੰਢਾਇਆ ਪਰ ਉਹਦੀ ਪਰਵਾਹ ਨਹੀਂ ਕੀਤੀ। ਯਾਨੀ ਕਿ ਮੈਂ ਤੁਹਾਨੂੰ ਜਿੱਥੇ ਲਿਆਉਣਾ ਚਾਹੁੰਦਾ, ਭਾਈ ਸਰਬਜੀਤ ਸਿੰਘ ਦੀ ਪਾਰਲੀਮੈਂਟ MP ਜਿਨ੍ਹਾਂ ਨੂੰ ਤੁਸੀਂ ਬੜੀ ਆਸ ਦੇ ਨਾਲ ਜਿਤਾਇਆ ਔਰ ਜਿੱਤ ਉਹਨਾਂ ਦੀ ਝੋਲੀ ਚ ਪਈ, ਇਸ ਗੱਲ ਦੀਆਂ ਸਾਰਿਆਂ ਨੇ ਵਧਾਈਆਂ ਵੀ ਦਿੱਤੀਆਂ ਤੇ ਉਹਨਾਂ ਨੂੰ ਵੋਟਾਂ ਪਾਉਣ ਵਾਸਤੇ ਆਵਾਜ਼ ਵੀ ਬੁਲੰਦ ਕੀਤੀ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ, ਇੱਥੇ ਜਿਹੜਾ ਮਰਜ਼ੀ ਆ ਜਾਵੇ, ਜਿਹੜਾ ਲੀਡਰ ਬਣ ਕੇ ਤੁਰੂਗਾ, ਜਿਹੜਾ ਸਰਕਾਰ ਦੀ ਲੱਤ ਥਲਿਓ ਲੰਘੂਗਾ, ਉਹਨੇ ਤੁਹਾਡੇ ਘਰ ਦੀ ਮੰਗ ਨਹੀਂ ਜੇ ਕਰਨੀ। ਤੇ ਮੈਂ ਭਾਈ ਸਰਬਜੀਤ ਸਿੰਘ ਨੂੰ ਵੀ ਇਹ ਗੱਲ ਕਹਿਣਾ, ਉਹਨਾਂ ਨੇ ਬਿਆਨ ਮੈਂ ਸੁਣਿਆ, ਉਹ ਕਹਿੰਦੇ ਵੀ ਮੈਂ ਖਾਲਿਸਤਾਨ ਦੇ ਹੱਕ ਚ ਨਹੀਂ, ਮੈਂ ਖਾਲਸਾ ਰਾਜ ਦੇ ਹੱਕ ਚ ਆ। ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਖਾਲਸਾ ਰਾਜ ਤੁਸੀਂ ਖਾਲਸਾ ਰਾਜ ਕਾਇਮ ਕਿੱਦਾਂ ਕਰਨਾ? ਉਹਨਾਂ ਨੇ ਕਿਹਾ ਵੀ ਮੈਂ ਟੇਬਲ ਟਾਕ ਨੂੰ ਮੰਨਦਾ ਵਾ। ਤੋ ਯਾਰ ਜੇ ਤੁਸੀਂ ਤੁਹਾਡੀਆਂ ਬਾਹਾਂ 'ਚ ਬਲ ਹੋਊਗਾ ਤੇ ਤੁਹਾਨੂੰ ਕੋਈ ਟੇਬਲ ਤੇ ਬਹਿਣ ਦਊਗਾ, ਜੇ ਤੁਹਾਡੀਆਂ ਬਾਹਾਂ 'ਚ ਹੀ ਨਹੀਂ ਬਲ ਤੇ ਤੁਹਾਨੂੰ ਟੇਬਲ ਤੇ ਕਿੱਦਾਂ ਕੋਈ ਬਹਿਣ ਦਊਗਾ? ਜਿੰਨਾ ਚਿਰ ਤੁਹਾਡੇ 'ਚ ਜ਼ੁਰਤ ਹੀ ਨਹੀਂ ਗੱਲ ਕਰਨ ਦੀ, ਤੁਹਾਡੀਆਂ ਬਾਹਾਂ 'ਚ ਬਲ ਨਹੀਂ ਆ, ਤੁਸੀਂ ਤਲਵਾਰ ਨਹੀਂ ਚਲਾ ਸਕਦੇ, ਤੁਹਾਡੇ ਗਾਤਰੇ ਸ਼ਸਤਰ ਨਹੀਂ ਆ, ਤੁਸੀਂ ਮੈਦਾਨ 'ਚ ਨਹੀਂ ਜੇਤੂ ਤੇ ਤੁਸੀਂ ਸ਼ਬਦਾਂ 'ਚ ਕਿੱਦਾਂ ਜਿੱਤ ਸਕਦੇ ਕਿਸੇ ਨੂੰ? ਜਿਹੜੇ ਲੋਕਾਂ ਨੂੰ ਤੁਸੀਂ ਤਲਵਾਰ ਨਾਲ ਨਹੀਂ ਜਿੱਤ ਸਕੇ ਉਹਨਾਂ ਲੋਕਾਂ ਨੂੰ ਸ਼ਬਦਾਂ ਨਾਲ ਕਿੱਦਾਂ ਜਿੱਤ ਲਓਗੇ? ਜੇ ਅਗਲੇ ਬੰਦੇ ਕਹਿੰਦੇ ਆ ਵੀ ਹਿੰਦੂ ਰਾਸ਼ਟਰ ਬਣਾਉਣਾ ਤੇ ਉਹਨਾਂ ਨੂੰ ਤੇ ਕੋਈ ਤਕਲੀਫ ਨਹੀਂ, ਉਹ ਖੁੱਲ ਕੇ ਕਹਿੰਦੇ ਆ, ਪਰ ਸਾਨੂੰ ਕੀ ਤਕਲੀਫ ਆ ਵੀ ਅਸੀਂ ਵੀ ਇਹ ਗੱਲ ਕਹਿ ਸਕਦੇ, ਸਾਡੇ ਕੋਲ ਵੀ ਪਾਵਰ ਆ। ਤੁਸੀਂ ਅਕਸਰ MP ਆ, ਤੁਸੀਂ ਠੋਕ ਕੇ ਕਹਿੰਦੇ ਵੀ ਤੁਸੀਂ ਮੇਰੇ ਤੇ ਜੇ ਰੱਖਿਆ ਭਰੋਸਾ, ਜੇ ਤੁਸੀਂ ਕਰਦੇ ਮੇਰੇ ਤੇ ਵਿਸ਼ਵਾਸ ਤੇ ਮੈਂ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦਊਂਗਾ, ਜੇ ਤੁਸੀਂ ਖਾਲਿਸਤਾਨ ਦੀ ਮੰਗ ਕਰਦੇ ਆ ਤੇ ਮੈਂ ਤੁਹਾਡੇ ਨਾਲ ਤੁਰਾਂਗਾ, ਮੈਂ ਤੁਹਾਡਾ ਸੇਵਾਦਾਰ ਆ, ਜਿੱਦ ਨੂੰ ਮਰਜ਼ੀ ਲੈ ਕੇ ਤੁਰੋ। ਵੇਖੋ ਇਹ ਆਪਾਂ ਸਾਰੇ ਜਾਣਦੇ ਆ ਵੀ ਖਾਲਸਾ ਰਾਜ ਇੱਕ ਨਾ ਇੱਕ ਦਿਨ ਕਾਇਮ ਹੋ ਕੇ ਰਹਿਣਾ, ਪਰ ਉਹਦੇ ਤੋਂ ਪਹਿਲਾਂ ਇੱਕ ਖਾਲਿਸਤਾਨ ਬਣਨਾ, ਜਿਹਨੂੰ ਆਪਾਂ ਕਹਿੰਦੇ ਸਥਾਨ, ਛੋਟਾ ਜਿਹਾ ਸਥਾਨ ਪਹਿਲਾਂ ਬਣਨਾ, ਉਹਦੇ ਤੋਂ ਬਾਅਦ ਉਹ ਰਾਜ ਕਾਇਮ ਹੋਣਾ ਜਿਸ ਰਾਜ ਦੀ ਲਾਲਸਾ ਹਰ ਸਿੱਖ ਦੇ ਅੰਦਰ ਆ ਵੀ ਅਸੀਂ ਦੁਨੀਆਂ ਦੇ ਰਾਜੇ ਆ, ਅਸੀਂ ਵਿਸ਼ਵ ਤੇ ਰਾਜ ਕੀਤਾ, ਅਸੀਂ ਵੱਡੇ ਵੱਡੇ ਨਾਦਰ ਅਬਦਾਲੀ ਵਰਗੇ ਜਿਹੜੇ ਹੰਕਾਰੇ ਚੜ ਕੇ ਆਏ ਨਾ, ਉਹ ਵੀ ਲਾਸ਼ਾਂ ਲੋਕ ਕੇ ਜਾਨ ਬਚਾ ਕੇ ਕਹਿ ਗਏ ਵੀ ਇਹ ਜੋ ਕਹਿੰਦੇ ਆ ਸਿੱਖ ਇਹ ਉਹ ਕਰਦੇ ਆ। ਤੇ ਮੈਂ ਭਾਈ ਸਾਹਿਬ ਨੂੰ ਇਹ ਗੱਲ ਕਹਿਣਾ ਚਾਹੁੰਦਾ ਵੀ ਭਾਈ ਸਾਹਿਬ ਜੀ, ਅਜੇ ਤੁਸੀਂ ਨਵੇਂ ਨਵੇਂ MP ਬਣੇ ਜੀ, ਤੁਹਾਨੂੰ ਇਸ ਗੱਲ ਦੀਆਂ ਵਧਾਈਆਂ, ਪਰ ਇੱਕ ਗੱਲ ਯਾਦ ਰੱਖੋ, ਇਹਨਾਂ ਸਿੱਖਾਂ ਨੇ ਤੁਹਾਡੇ ਤੇ ਭਰੋਸਾ ਬੜਾ ਰੱਖਿਆ, ਵਿਸ਼ਵਾਸ ਬਹੁਤ ਕੀਤਾ ਤੁਹਾਡੇ ਤੇ ਵੀ ਤੁਸੀਂ ਕੁਝ ਕਰੋਗੇ। ਇਸ ਟਾਈਮ ਦੋ ਬੰਦੇ ਪੰਜਾਬ ਦੇ ਅੰਦਰ ਜਿਨ੍ਹਾਂ ਦੇ ਉੱਤੇ ਹਰ ਬੰਦੇ ਦੀ ਨਿਗਾਹ ਟਿੱਕੀ ਹੋਈ ਆ, ਪਹਿਲੇ ਨੰਬਰ ਤੇ ਭਾਈ ਅਮਿਤਪਾਲ ਸਿੰਘ ਜੀ, ਉਹਨੂੰ ਜੇਲ੍ਹ ਦੇ ਵਿੱਚ ਆ, ਦੂਸਰੇ ਨੰਬਰ ਤੇ ਲੋਕਾਂ ਨੇ ਆਸ ਰੱਖੀ ਤੁਹਾਡੇ ਤੇ ਵੀ ਤੁਸੀਂ ਖਾਲਿਸਤਾਨ ਦੀ ਗੱਲ ਕਰੋਗੇ, ਪਰ ਤੁਸੀਂ ਉੱਥੇ ਪੱਲਾ ਝਾੜ ਦਿੱਤਾ, ਤੁਸੀਂ ਕਿਹਾ ਵੀ ਮੈਂ ਖਾਲਸਾ ਰਾਜ ਦਾ ਹਾਮੀ ਆ, ਅਸੀਂ ਵੀ ਖਾਲਸਾ ਰਾਜ ਦੇ ਹਾਮੀ ਆ, ਅਸੀਂ ਕਿਹੜੇ ਟੈਂਕ ਤੋਂ ਪਾ ਚੁੱਕੀ ਫੈਂਡਾ ਆ ਵੀ ਜਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਆ ਉਹ AK-47 ਪਾਈ ਫਿਰਦੇ ਮੋਢੇ ਤੇ, ਆ ਪਾਕਿਸਤਾਨ ਚਲੇ ਜਾਓ, ਪਾਕਿਸਤਾਨ ਚ ਵਸਣ ਵਾਲਿਆਂ ਦੇ ਕੱਲੇ ਕੱਲੇ ਦੇ ਘਰ ਆ ਸਲਾਹ,
ਤੁਸੀਂ ਕਦੇ ਝਾਤੀ ਮਾਰ ਕੇ ਵੇਖੀ ਯਾਰ MP ਬਣ ਜਾਓ, ਪੰਜਾਬ ਦੇ ਮੁੱਖ ਮੰਤਰੀ ਬਣ ਜਾਓ, ਜੋ ਮਰਜ਼ੀ ਬਣ ਜਾਓ ਤੁਸੀਂ, ਤੁਸੀਂ ਪੰਜਾਬ ਦਾ ਵਿਕਾਸ ਹੀ ਨਹੀਂ ਕਰ ਸਕਦੇ। ਪਾਕਿਸਤਾਨ ਵਾਲੇ ਦੇ ਕੱਲੇ ਕੱਲੇ ਦੇ ਘਰ ਅਸਲਾ, ਤੇ ਅੱਜ ਜਿਹੜੇ ਸਿੱਖ ਆਪਣੇ ਆਪ ਨੂੰ ਸਦਾਉਂਦੇ, ਜਿਹੜੇ ਲੀਡਰ ਖਾਉਂਦੇ ਆ, ਉਹਨਾਂ ਤੋਂ ਇਲਾਵਾ ਕਿਸੇ ਸਿੱਖ ਦੇ ਘਰ ਅਸਲਾ ਹੈਗਾ? ਜੇ ਕਿਸੇ ਸਿੱਖ ਦੇ ਘਰ ਅਸਲਾ ਹੈਗਾ ਤੇ ਉਹਦਾ ਅਸਲਾ ਜ਼ਬਤ ਕੀਤਾ ਜਾਂਦਾ ਜਾਂ ਉਹਦੇ ਤੇ ਕੇਸ ਪਾ ਕੇ ਉਹਨੂੰ ਬਾਉਂਡ ਕਰ ਦਿੱਤਾ ਜਾਂਦਾ ਵੀ ਇਹ ਬੰਦਾ ਬੋਲਣ ਜੋਗਾ ਨਾ ਰਵੇ। ਫਿਰ ਸਾਡੀਆਂ ਤਾਕਤਾਂ ਕਿੱਥੇ ਗਈਆਂ ਯਾਰ? ਫਿਰ ਜੇ ਇਲੈਕਸ਼ਨ ਲੜ ਲੜ ਕੇ ਅਸੀਂ ਇਹ ਗੱਲ ਕਹਿੰਦੇ ਆ ਵੀ ਆਪਣਾ ਰਾਜ ਕਾਇਮ ਕਰਨਾ, ਟੇਬਲ ਟਾਕ ਰਾਹੀਂ ਰਾਜ ਕਾਇਮ ਕਰਨਾ, ਯਾਰ ਗੱਲਾਂ ਨਾਲ ਰਾਜ ਥੋੜਾ ਕਾਇਮ ਹੁੰਦੇ ਆ। ਜਿੰਨਾ ਚਿਰ ਰਾਜ ਕੁਰਬਾਨੀ ਮੰਗਦਾ, ਜਿੰਨਾ ਚਿਰ ਕੁਰਬਾਨੀਆਂ ਨਹੀਂ ਹੁੰਦੀਆਂ ਉਹਨਾਂ ਚਿਰ ਰਾਜ ਨਹੀਂ ਹੁੰਦਾ। ਤੇ ਇਹ ਕੁਰਬਾਨੀਆਂ ਕੋਈ ਤੁਹਾਡੇ ਜਾਂ ਮੇਰੇ ਦਿੱਤੀਆਂ ਕੁਰਬਾਨੀ ਨਹੀਂ, ਅਜੇ ਕੁਰਬਾਨੀਆਂ ਬੜੀਆਂ ਹੋਣੀਆਂ ਵਾ, ਅਜੇ ਕੱਲਾ 78 ਤੋਂ ਲੈ ਕੇ ਆ ਹੁਣ ਤੱਕ ਕੁਰਬਾਨੀਆਂ ਆ ਹੋ ਰਹੀਆਂ ਵਾ। ਜਿਹੜਾ 96 ਕਰੋੜ ਖਾਲਸਾ ਨਾ, ਨਿਲੰਬਰਧਾਰੀ ਖਾਲਸਾ, ਜਿੰਨਾ ਚਿਰ ਉਹ 71 ਨਹੀਂ ਨਾ ਹੁੰਦਾ, ਉਹਨਾਂ ਚਿਰ ਇਹ ਖਾਲਸਾ ਰਾਜ ਜਿਹੜਾ ਕਾਇਮ ਨਹੀਂ ਹੋਣਾ। ਅਜੇ ਤੇ ਨੀਂਹ ਰੱਖੀ ਗਈ ਆ ਇਹਦੀ, ਅਜੇ ਇੱਕ ਇੱਕ ਰੱਤਾ ਲੱਗਦਾ ਪਿਆ ਵਾ ਇਹ ਕੁਰਬਾਨੀਆਂ ਦਾ, ਅਜੇ ਇਹਨੇ ਸਿਖਰਾਂ ਤੇ ਜਾਣਾ ਵਾ। ਜਿੱਦਣ ਇਹ ਸਿਖਰਾਂ ਤੇ ਗਿਆ ਨਾ, ਉਧਰ ਹਰ ਪਾਸੇ ਨੀਲਾ ਨਿਸ਼ਾਨ ਝੂਲਣਾ। ਇੱਕ ਬੇਨਤੀ ਹੋਰ ਕਰ ਦਵਾਂ ਨਾਲੇ, ਜਿੰਨੇ ਵੀ ਸਿੱਖ ਲੀਡਰ ਆ ਪ੍ਰਚਾਰਕ ਆ, ਉਹਨਾਂ ਨੂੰ ਇਹ ਗੱਲ ਕਹਿਣਾ ਵੀ ਸਾਡਾ ਬਸੰਤੀ ਨਾ ਤੇ ਭਗਵੇਂ ਨਾ ਸਾਡਾ ਕੀ ਲੈਣ ਦੇਣਾ, ਸਾਨੂੰ ਮਹਾਰਾਜ ਨਿਲੰਬਰਧਾਰੀ ਕੀਤਾ, ਨੀਲਾ ਬਾਣਾ ਦਿੱਤਾ, ਨੀਲੇ ਨਿਸ਼ਾਨ ਦਿੱਤੇ। ਇਹ ਹੁਣ ਇਹ ਲੋਕਾਂ ਨੇ ਕਹਿ ਦਿੱਤਾ ਵੀ ਨੀਲਾ ਰੰਗ ਜਿਹੜਾ ਉਹ ਤੇ ਨਿਹੰਗ ਸਿੰਘਾਂ ਦਾ, ਵੀ ਯਾਰ ਜੇ ਤੁਸੀਂ ਨਿਹੰਗ ਸਿੰਘਾਂ ਨੂੰ ਨੀ ਮੰਨਦੇ ਫਿਰ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਨੀ ਮੰਨਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੀਲਾ ਬਾਣਾ, ਨੀਲਾ ਨਿਸ਼ਾਨ ਦੇ ਕੇ ਸਾਨੂੰ ਰਣਾਂ ਦੇ ਜੇਤੂ ਬਣਾਇਆ, ਤੇ ਜਿੰਨਾ ਚਿਰ ਅਸੀਂ ਨੀਲੇ ਦੇ ਧਾਰਨੀ ਨਹੀਂ ਹੁੰਦੇ, ਜਿੰਨਾ ਚਿਰ ਅਸੀਂ ਨੀਲਾ ਨਿਸ਼ਾਨ ਨਹੀਂ ਚੜਾਉਂਦੇ, ਉਹਨਾਂ ਚਿਰ ਸਾਡੀ ਜਿੱਤ ਨਹੀਂ ਜਿਉਣੀ। ਤੇ ਬਾਕੀ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਭਰਾਵਾਂ ਨੂੰ ਕਹਿਣਾ ਵੀ ਕੁਰਬਾਨੀਆਂ ਤੇ ਭਾਈ ਦੇਣੀਆਂ ਪੈਣੀਆਂ, ਕੁਰਬਾਨੀਆਂ ਤੋਂ ਬਿਨਾਂ ਕਦੇ ਰਾਜ ਨਹੀਂ ਮਿਲਿਆ। ਤੇ ਭਾਈ ਸਰਬਜੀਤ ਸਿੰਘ ਜੀ, ਤੁਹਾਡੇ ਤੇ ਬਹੁਤ ਮਾਣ ਆ ਲੋਕਾਂ ਨੂੰ, ਤੇ ਇਹਨਾਂ ਲੋਕਾਂ ਦਾ ਮਾਣ ਤੇ ਇਹਨਾਂ ਦਾ ਹੌਸਲਾ ਤੋੜੋ ਨਾ। ਜੇ ਕੁਝ ਨਹੀਂ ਵੀ ਕਰਨ ਜੋਗੇ ਤੇ ਇੰਨਾ ਜ਼ਰੂਰ ਕਹਿ ਦਿਆ ਕਰੋ ਵੀ ਮੈਂ ਤੁਹਾਡੇ ਨਾਲ ਆ ਭਾਈ, ਜਿੱਧਰ ਨੂੰ ਤੋਰੋਗੇ ਮੈਂ ਤੁਰ ਪੂੰਗਾ, ਮੈਂ ਤੇ ਤੁਹਾਡਾ ਨਮਾਣਾ ਜਾਂ ਸੇਵਾਦਾਰ ਆ, ਫਿਰ ਰਾਜ ਕਾਇਮ ਹੋਣਾ। ਤੇ ਜੇ ਆਪਾਂ ਏਦਾਂ ਪੱਲਾ ਝਾੜਾਂਗੇ ਨਾ ਸਰਕਾਰ ਦੀ ਲੱਤ ਥੱਲੇ ਲੰਘ ਕੇ ਵੀ ਹਾਂ ਜੀ ਮੈਂ ਖਾਲਿਸਤਾਨ ਦਾ ਹਮਾਇਤੀ ਨਹੀਂ ਆ, ਮੈਂ ਤੇ ਖਾਲਸਾ ਰਾਜ ਦਾ ਹਮਾਇਤੀ ਆ, ਜਿੰਨਾ ਚਿਰ ਤੁਸੀਂ ਛੋਟਾ ਜਿਹਾ ਘਰ ਨਹੀਂ ਬਣਾ ਸਕਦੇ, ਉਹਨਾਂ ਚਿਰ ਤੁਸੀਂ ਵੱਡੀ ਹਵੇਲੀ ਵੀ ਨਹੀਂ ਕਾਇਮ ਕਰ ਸਕਦੇ। ਜਿਹੜਾ ਬੰਦਾ ਇੱਕ ਕੋਠੇ ਤੇ ਛੱਤ ਨਹੀਂ ਪਾ ਸਕਦਾ, ਉਹ ਬੰਦਾ ਮਹਿਲ ਕਿੱਦਾਂ ਖੜਾ ਕਰ ਲੂਗਾ? ਖਾਲਸਾ ਰਾਜ ਇੱਕ ਬਹੁਤ ਵੱਡਾ ਮਹਿਲ ਆ, ਇੱਕ ਬਹੁਤ ਵੱਡਾ ਵਿਸ਼ਾਲ ਰਾਜ ਆ। ਉਸ ਰਾਜ ਨੂੰ ਕਾਇਮ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਘਰ ਜਿਹੜਾ ਬਣਾਉਣਾ ਪੈਣਾ, ਤੇ ਉਸ ਘਰ ਦੀ ਦੇਖ ਰੇਖ ਵੇਖਣੀ ਪੈਣੀ ਆ। ਜੇ ਆਪਾਂ ਛੋਟੇ ਘਰ ਨੂੰ ਸਾਂਭ ਸਕਦੇ, ਛੋਟੇ ਘਰ ਦੇ ਵਿੱਚ ਤਿਆਰੀ ਹੋ ਸਕਦੀ ਆ ਵੱਡੇ ਰਾਜ ਵਾਸਤੇ। ਤੇ ਜਿੰਨਾ ਚਿਰ ਤੁਸੀਂ ਵੱਡੇ ਰਾਜ ਦੀਆਂ ਗੱਲਾਂ ਕਰਦੇ ਰਹਿ ਜਾਣਾ, ਤੁਹਾਡੇ ਕੋਲ ਛੋਟਾ ਰਾਜ ਵੀ ਨਹੀਂ ਕਾਇਮ ਹੋਣਾ। ਇਸ ਕਰਕੇ ਗੱਲਾਂ ਦਾ ਸਮਾਂ ਨਹੀਂ, ਕੁਝ ਕਰਨ ਦਾ ਸਮਾਂ ਵਾ। ਜੇ ਤੁਸੀਂ ਟੇਬਲ ਟਾਕ ਨਾ ਕਹਿੰਦੇ ਆ, ਤੇ ਬਾਬਾ ਬਖਸ਼ੀਸ਼ ਸਿੰਘ ਹੋਣਾ ਦਾ ਇੱਕ ਕਮੈਂਟ ਉਹਦੇ ਵਿੱਚ ਆਇਆ ਸੀ, ਮੈਨੂੰ ਬੜੀ ਖੁਸ਼ੀ ਹੋਈ। ਪੰਥ ਦੇ ਵਿੱਚ ਬੜੇ ਬੜੇ ਯੋਧੇ ਬੈਠੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਗੱਲਾਂ ਦੇ ਕੜਾਹ ਬਣਾਉਣ ਵਾਲੇ ਬਥੇਰੇ ਤੁਰੇ ਫਿਰਦੇ ਆ, ਤੇ ਜਿਨ੍ਹਾਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ, ਬਾਬਾ ਬਖਸ਼ੀਸ਼ ਸਿੰਘ ਵਰਗੇ ਬਹਾਦਰ ਯੋਧੇ, ਸੂਰਬੀਰ ਉਹਨਾਂ ਦੇ ਚਰਨਾਂ ਦੇ ਸਿਰ ਝੁਕਦਾ ਮਹਾਨ ਯੋਧਿਆਂ ਦੇ, ਉਹਨਾਂ ਨੇ ਕਿਹਾ ਵੀ ਤੁਸੀਂ ਤੁਹਾਨੂੰ ਲੱਗਦਾ ਵੀ ਟੇਬਲ ਟਾਕ ਨਾਲ ਹੀ ਮਿਲਦਾ ਮਸਲਾ ਹੱਲ ਹੁੰਦਾ, ਤੇ ਫਿਰ ਭਾਈ ਤੁਹਾਨੂੰ ਚੰਡੀਗੜ੍ਹ ਹੀ ਲੈ ਜਾਓ, ਟੇਬਲ ਟਾਕ ਦੇ ਨਾਲ ਤੁਹਾਨੂੰ ਚੰਡੀਗੜ੍ਹ ਛੱਡ ਕੇ ਉਹਨਾਂ ਚੰਡੀਗੜ੍ਹੋਂ ਇੱਟ ਨਹੀਂ ਚੁੱਕਣ ਦੇਣੀ, ਬਾਕੀ ਗੱਲਾਂ ਬਾਅਦ ਦੀਆਂ ਰਹਿ ਗਈਆਂ। ਸੋ ਭਾਈ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ, ਇੱਕ ਦੂਜੇ ਦਾ ਹੌਸਲਾ ਬਣਾਓ, ਹੌਸਲਾ ਤੋੜੋ ਨਾ, ਇੱਕ ਦੂਜੇ ਦੀਆਂ ਬਾਹਾਂ ਬਣੋ, ਬਾਹਾਂ ਤੋੜੋ ਨਾ। ਜੇ ਆਪਾਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ, ਦੁਨੀਆਂ ਦੀ ਕਿਹੜੀ ਜੰਗ ਆ ਜਿਹੜੀ ਆਪਾਂ ਯਾਰ ਜਿੱਤ ਨਹੀਂ ਸਕਦੇ? ਅੱਜ ਕਮੀ ਇੱਥੇ ਆ ਕੇ ਰਹਿ ਗਈ ਵੀ ਆਪਾਂ ਜਿੱਤ ਤੇ ਭਰੋਸਾ ਕਰਦੇ, ਜਿੱਤ ਤੇ ਵਿਸ਼ਵਾਸ ਕਰਦੇ ਆ, ਉਹੋ ਹੀ ਬੰਦਾ ਮੁੜ ਕੇ ਗੋਡੇ ਟੇਕ ਦਿੰਦਾ, ਫਿਰ ਉੱਥੇ ਕੀ ਕਰੋਗੇ ਦੱਸੋ? ਸਾਨੂੰ ਲੋਕਾਂ ਨੂੰ ਪਤਾ ਨਹੀਂ ਕਦੋਂ ਸ਼ਰਮ ਆਉਣੀ ਆ, ਕਦੋਂ ਅਸੀਂ ਇਹ ਪੰਜਾਬ ਨੂੰ ਸੁਤੰਤਰ ਵੇਖਾਂਗੇ, ਕਦੋਂ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ। ਜੇਲ੍ਹਾਂ ਸਾਡੇ ਵੱਡਿਆਂ ਦੀਆਂ ਭਰਾਵਾਂ ਦੀਆਂ ਉਮਰਾਂ ਲੰਘ ਚੱਲੀਆਂ, ਉਹਨਾਂ ਨੂੰ ਅਜੇ ਤੱਕ ਕਿਸੇ ਨੇ ਬਾਹਰ ਨਹੀਂ ਲਿਆਂਦਾ।
ਪਹਿਲਾਂ ਜਿੰਨੇ ਵੀ ਆਏ ਉਹਨਾਂ ਨੇ ਗੱਲਾਂ ਕੀਤੀਆਂ ਜੀ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਹਿਸਾਬ ਲਵਾਂਗੇ, ਆਪਣੇ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਰਿਹਾ ਕਰਾਵਾਂਗੇ। ਉਹ ਮੁੜ ਕੇ ਆਪੋ ਆਪਣੇ ਘਰਾਂ ਚੋਂ ਜਾਂਦੇ ਆ, ਜਦੋਂ ਚਾਰ ਪੈਸੇ ਆਉਂਦੇ ਭੁੱਲ ਜਾਂਦੇ, ਫਿਰ ਕਹਿੰਦੇ ਕਿਹੜੇ ਬੰਦੇ ਕਿਹੜੇ ਸਿੰਘ ਸਾਡੇ ਕਿਹੜੀਆਂ ਜੇਲ੍ਹਾਂ। ਯਾਰ ਲੰਮੇ ਸਮੇਂ ਤੋਂ ਚੰਡੀਗੜ੍ਹ ਚ ਬੈਠੇ ਸਾਡੇ ਭੈਣ ਭਰਾ, ਲੰਮੇ ਸਮੇਂ ਤੋਂ ਨਿਹੰਗ ਸਿੰਘ ਬਾਬਾ ਰਾਜਾ ਸਿੰਘ ਵਰਗੇ ਬੈਠੇ, ਰਾਜਾ ਰਾਜ ਸਿੰਘ ਵਰਗੇ ਬੈਠੇ ਆ, ਹੋਰ ਸਿੰਘ ਬੈਠੇ ਜਿਨ੍ਹਾਂ ਦੇ ਕੋਲ ਦਾਣਾ ਪੱਠਾ ਵੀ ਨਹੀਂ ਗਿਆ। ਤੇ ਮੈਂ ਨਾ ਲਾਣਤੀ ਆ ਯਾਰ, ਅਸੀਂ ਉਹਨਾਂ ਲੋਕਾਂ ਦੇ ਮਗਰ ਪੈਸੇ ਲੈ ਕੇ ਭੱਜੇ ਫਿਰਦੇ ਜਿਹਨਾਂ ਨੇ ਕਰਨਾ ਕੁੱਖ ਨਹੀਂ, ਜਿਹੜੇ ਸਾਡੇ ਸੰਘਰਸ਼ ਵਾਸਤੇ ਬੈਠੇ ਆ ਉਹਨਾਂ ਵਾਸਤੇ ਅਸੀਂ ਦਾਣਾ ਪੱਠਾ ਵੀ ਨਹੀਂ ਉੱਥੇ ਲੈ ਕੇ ਜਾ ਸਕਦੇ। ਜੇ ਸਾਡੇ ਵਰਗੇ ਗੱਲ ਕਰਦੇ ਆ ਫਿਰ ਕਹਿਣਗੇ ਜੀ ਇਹ ਤੇ ਆਪ ਮੰਗਦੇ ਸਾਡੇ ਤੋਂ। ਉਹ ਕੰਜਰ ਦੇ ਸ਼ਰਮ ਨੂੰ ਹੱਥ ਮਾਰੋ, ਅਸੀਂ ਤੁਹਾਡਾ ਹੀ ਭਲਾ ਮੰਗਦੇ ਆ। ਅਸੀਂ ਇਹ ਚਾਹੁੰਦੇ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਗੁਲਾਮ ਨਾ ਹੋਣ, ਇਹ ਨਾ ਹੋਵੇ ਅੱਜ ਜਿਹੜੀਆਂ ਬੀਬੀਆਂ ਅਸੀਂ ਲੋਕਾਂ ਦੀਆਂ ਬੀਬੀਆਂ ਦੀਆਂ ਇੱਜ਼ਤਾਂ ਬਚਾਉਂਦੇ ਰਹੇ, ਅੱਜ ਆਪਣੀਆਂ ਬੀਬੀਆਂ ਅੱਧ ਨੰਗੀਆਂ ਹੋ ਕੇ ਨੱਚਦੀਆਂ ਫਿਰਦੀਆਂ ਰੀਲਾਂ ਦੇ ਉੱਤੇ। ਤੇ ਇਸ ਕਰਕੇ ਉਹਨਾਂ ਨੂੰ ਵੀ ਕਹਿੰਦਾ ਵਾ ਕਿ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰੋ, ਭਲਾ ਇਹਦੇ ਵਿੱਚ ਹੀ ਆ, ਅਸੀਂ ਇੱਜ਼ਤਾਂ ਬਚਾਉਂਦੇ ਰਹੇ ਲੋਕਾਂ ਦੀਆਂ। ਠੀਕ ਆ, ਮਨੋਰੰਜਨ ਕਰਨਾ ਚਾਹੀਦਾ, ਮੈਂ ਨੀ ਕਹਿੰਦਾ ਵੀ ਨਾ ਕਰੋ, ਹੱਸਣਾ ਖੇਡਣਾ ਚਾਹੀਦਾ, ਜ਼ਿੰਦਗੀ ਜੀਣ ਦਾ ਨਾਮ ਆ। ਪਰ ਇਹ ਲੀੜੇ ਲਾ ਕੇ ਜਿਹੜਾ ਤੁਸੀਂ ਕੀ ਸਾਬਤ ਕਰਦੇ, ਜੇ ਗਜਨੀ ਦੇ ਬਾਜ਼ਾਰਾਂ ਚ ਜਾ ਕੇ ਅਸੀਂ ਨੰਗੀਆਂ ਢੱਕੀਆਂ ਤੇ ਸਾਡੇ ਵਾਲੀਆਂ ਆਪ ਤੁਸੀਂ ਨੰਗੀਆਂ ਹੋਈ ਜਾਂਦੀਆਂ, ਤੁਹਾਡਾ ਕਰਾਂਗੇ ਅਸੀਂ, ਬਾਕੀਆਂ ਦੇ ਤਾਂ ਕਰ ਲਾਂਗੇ, ਪਰ ਤੁਹਾਡਾ ਇਲਾਜ ਕੀ ਕਰੀਏ ਹੁਣ। ਕਹਿੰਦੇ ਜੇ ਆਪਣੇ ਘਰ ਦੇ ਵਿੱਚ ਹੀ ਮਤਲਬ ਗੰਦ ਪਿਆ ਹੋਵੇ ਤੇ ਬਾਹਰ ਸਫਾਈਆਂ ਕੀਤੀਆਂ ਦਾ ਕੋਈ ਮੁੱਲ ਨਹੀਂ ਹੁੰਦਾ। ਇਸ ਕਰਕੇ ਜਿੰਨੇ ਸਿੱਖ ਭੈਣ ਭਰਾ, ਮੈਂ ਉਹਨਾਂ ਨੂੰ ਸਾਰਿਆਂ ਨੇ ਗੱਲ ਕਹਿੰਦਾ ਵੀ ਠੀਕ ਆ, ਆਪਣੀ ਜ਼ਿੰਦਗੀ ਨੂੰ ਜੀਓ, ਇੰਜੋਏ ਕਰੋ, ਪਰ ਇੰਨੀ ਕੁ ਹੋਸ਼ ਤੇ ਰੱਖੋ, ਧਿਆਨ ਰੱਖੋ ਵੀ ਇਹ ਲੀੜੇ ਜਿਹੜੇ ਤਨ ਢੱਕਣ ਵਾਸਤੇ ਹੁੰਦੇ, ਨੰਗਾ ਕਰਨ ਵਾਸਤੇ ਨਹੀਂ ਹੁੰਦੇ। ਜੇ ਤੁਸੀਂ ਨੰਗੇ ਹੋਈ ਜਾਓਗੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੱਸੋਗੇ? ਸੋ ਇਹ ਤੁਹਾਨੂੰ ਬੇਨਤੀ ਆ, ਆਸ ਕਰਦਾ ਪ੍ਰਵਾਨ ਕਰੋਗੇ ਭਾਈ ਸਰਬਜੀਤ ਸਿੰਘ ਜੀ। ਭਰੋਸਾ ਕੀਤਾ ਨਾ ਲੋਕਾਂ ਨੇ, ਭਰੋਸਾ ਤੋੜੋ ਨਾ, ਇੱਕ ਵਾਰੀ ਖੜ ਕੇ ਵੇਖੋ। ਭਾਈ ਅਮਿਤਪਾਲ ਸਿੰਘ ਖੜਿਆ, ਠੀਕ ਆ, ਜਿਹਨੇ ਪੰਥੀ ਅਗਵਾਈ ਕਰਨੀ, ਮੈਂ ਪਹਿਲਾਂ ਦੱਸਿਆ ਜੇਲ੍ਹ ਵੀ ਉਹਨੂੰ ਭੁਗਤਣੀ ਪੈਣੀ ਆ, ਉਹਦੇ ਪਰਿਵਾਰ ਨੂੰ ਵੀ ਕਸ਼ਟ ਝੱਲਣੇ ਪੈਣੇ ਆ। ਜੇ ਸਾਡੇ ਵਰਗਿਆਂ ਦੇ ਕੋਈ ਤਾਕਤ ਹੈ ਨਹੀਂ ਤਾਂ ਅਸੀਂ ਚੁੱਪ ਕਰਕੇ ਆਪਣੇ ਜਿੱਦ ਨੂੰ ਜਹਿਦਾਰ ਲਈ ਫਿਰਦੇ ਤੁਰੇ ਫਿਰਦੇ ਆ, ਕਿ ਜਿੱਦਨ ਗੁਰੂ ਨੇ ਕਿਰਪਾ ਕਰਤੀ ਪਤਾ ਨਹੀਂ ਕਿਹੜੇ ਕੋ ਕਿਹੜਾ ਕੰਮ ਲੈ ਲੈਣਾ। ਇਹ ਨਹੀਂ ਵੀ ਅਸੀਂ ਪੰਥ ਤੋਂ ਭੱਜੇ ਆ, ਪੰਥ ਦੀ ਅਜੇ ਦਰਦ ਆ ਨਾ ਇੱਥੇ, ਤੇ ਆਹ ਬੋਲਦੇ ਆ, ਤੇ ਸਾਡੇ ਅੰਦਰ ਦਰਦ ਨਾ ਆਵੇ ਇਹ ਨਾ ਬੋਲੀਏ। ਫਿਰ ਜੇ ਪੈਸੇ ਕਮਾਉਣੇ ਨਾ ਤੇ ਬਹੁਤ ਮਿੱਠੀਆਂ ਗੱਲਾਂ ਆਉਂਦੀਆਂ, ਮਿੱਠੀਆਂ ਗੱਲਾਂ ਕਰਕੇ ਪੈਸੇ ਕਮਾ ਸਕਦੇ ਆ। ਬਹੁਤ ਬਾਬੇ ਮੈਨੂੰ ਜਾਣਦੇ ਅੱਜ ਤੱਕ, ਇਹ ਬਾਬੇ ਕੋਈ ਇੱਕ ਰੁਪਈਆ ਨਹੀਂ ਲਿਆ, ਕੰਮ ਕਰਕੇ ਮਿਹਨਤ ਕਰਕੇ ਪੈਸੇ ਲਏ ਆ। ਤੇ ਜੇ ਅੱਜ ਮੈਂ ਅੱਜ ਕਿਸੇ ਨੇ ਖਰੀਦ ਲਿਆ ਤੇ ਸਮਝ ਲਓ ਫਿਰ ਇੱਥੇ ਨਹੀਂ ਬੋਲਿਆ ਜਾਣਾ, ਨਾ ਕਿਸੇ ਨੇ ਖਰੀਦਿਆ ਤੇ ਨਾ ਕੋਈ ਖਰੀਦ ਸਕਦਾ, ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਪੋਤੇ ਆ, ਝੁਕੇ ਵੀ ਉਹਦੇ ਗਾੜੀ ਆ ਤੇ ਵਿਕੇ ਵੀ ਉਹਦੇ ਗਾੜੀ ਆ। ਉਹਨੇ ਉਹਨੂੰ ਸੱਚੇ ਪਾਤਸ਼ਾਹ ਨੂੰ ਸਮਰਪਿਤ ਆ। ਜੇ ਜਿੰਨਾ ਚਿਰ ਸੱਚ ਬੋਲਦੇ ਇੱਕ ਠੋਕ ਕੇ ਬੋਲਾਂਗੇ, ਠੀਕ ਆ, ਮਰਨਾ ਜਿੱਦਣ ਲਿਖਿਆ ਉਦਣ ਮਰਾਂਗੇ ਵੀ, ਪਰ ਜਿੰਨਾ ਚਿਰ ਜਿਉਂਦੇ ਆ ਇੱਕ ਠੋਕ ਕੇ ਸੱਚ ਬੋਲਿਆ ਤੇ ਸੱਚ ਬੋਲਾਂਗੇ। ਤੇ ਤੁਹਾਨੂੰ ਇਹ ਗੱਲ ਕਹਿਣਾ ਵੀ ਜੇ ਸੱਚ ਨਾਲ ਖੜੋਗੇ ਤਾਂ ਹੀ ਚੜ੍ਹਦੀ ਕਲਾ। ਮੈਂ ਤੁਹਾਨੂੰ ਇਹ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।